ਸਤਿਕਾਰ ਜੀ ਸਾਰਿਆਂ ਨੂੰ ਨਵਾਂ ਦਿਨ ਨਵਾਂ ਵਲੌਗ ਸ਼ੂਟ ਕਰਨ ਲੱਗਿਆ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਾ ਵਲੌਗ ਹੈ ਅੱਜ ਕਰਾਂਗੇ ਆਪਾਂ ਦੀਵਾਲੀ ਸ਼ੋਪਿੰਗ ਤੁਹਾਨੂੰ ਦਿਖਾਵਾਂਗੇ ਜਲੰਧਰ ਵਿੱਚ ਦੀਵਾਲੀ ਸ਼ੋਪਿੰਗ ਆਪਾਂ ਕਿੱਥੇ ਕਿੱਥੇ ਕਰਦੇ ਹਾਂ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਪੂਰਾ ਦੇਖੋ ਵੀਡੀਓ ਨੂੰ ਘੱਟੋ ਘੱਟ ਵੀ 10 ਲਾਈਕ ਤਾਂ ਚਾਹੀਦੇ ਨੇ ਜੀ ਸਟਾਰਟਿੰਗ 'ਚ ਛੋਟੀ ਜਿਹੀ ਡਿਮਾਂਡ ਹੈ ਪੂਰਾ ਕਰ ਦਿਓ ਮਿੱਤਰੋ 10 ਲਾਈਕ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਫੈਮਿਲੀ 'ਚ ਫੈਮਿਲੀ ਗਰੁੱਪਸ ਵਿੱਚ ਵਟਸਐਪ ਵਿੱਚ ਸ਼ੇਅਰ ਕਰੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਂ ਕਿ ਤੁਹਾਡੇ ਭਰਾ ਦਾ ਹੌਸਲਾ ਬਣ ਸਕੇ ਵਿਊਜ਼ ਆਉਣਗੇ ਅਤੇ ਮੇਰਾ ਵੀ ਮਨ ਕਰੇਗਾ ਵੀਡੀਓ ਪਾਉਣ ਦਾ ਓਕੇ ਜੀ ਲੋ ਵੀ ਗਾਈਜ਼ ਤਿਆਰੀ ਖਿੱਚ ਲਈ ਮਾਰਕੀਟ ਵੱਲ ਚੱਲਦੇ ਹਾਂ ਮੋਲ ਟਾਊਨ ਦੇਖਦੇ ਹਾਂ ਕੋਈ ਚੀਜ਼ ਪਸੰਦ ਆਵੇ ਤਾਂ ਲਵਾਂਗੇ ਹਾਈਵੇ ਦੇ ਉੱਤੇ ਰਸ਼ ਬਹੁਤ ਜ਼ਿਆਦਾ ਵੱਧ ਗਿਆ ਜੀ ਹੈਪੀ ਦੀਵਾਲੀ ਸਾਰਿਆਂ ਨੂੰ ਕੱਲ੍ਹ ਬਹੁਤ ਜਾਮ ਲੱਗਾ ਹੋਇਆ ਸਵੇਰ ਦੇ ਬਾਅਦ ਅਤੇ ਸ਼ਾਮੀ ਅੱਜ ਫਿਰ ਵੀ ਮਾਹੌਲ ਠੀਕ ਹੈ ਬਟ ਸ਼ਾਮੀ ਬਹੁਤ ਰਸ਼ ਹੋਏਗਾ ਸਾਰੇ ਆਪਣਾ ਧਿਆਨ ਰੱਖਣ ਆਪਣੀ ਫੈਮਿਲੀ ਦਾ ਧਿਆਨ ਰੱਖਣ ਘੱਟ ਬਾਹਰ ਨਿਕਲੋ ਕੰਮ ਨਾਲ ਹੀ ਬਾਹਰ ਨਿਕਲੋ ਸਾਹਮਣੇ DL ਨੰਬਰ ਦੀ ਗੱਡੀ ਦਾ ਚਲਾਨ ਕਰ ਰਹੇ ਸੀਗੇ ਚਲੋ ਉਹ ਨਹੀਂ ਕੋਈ ਉਹਨਾਂ 'ਚ ਕਮੀ ਪੇਸ਼ੀ ਕਾਗਜ਼ ਪੂਰੇ ਰੱਖਿਆ ਕਰੋ ਮਿੱਤਰੋ ਪੁਲਿਸ ਵਾਲਿਆਂ ਨੇ ਤਾਂ ਚਲਾਨ ਕਰਨਾ ਹੀ ਹੈ ਲਓ ਜੀ ਜਲੰਧਰ ਮੈਂ ਆਪਕਾ ਸਵਾਗਤ ਹੈ ਸਵਾਗਤਮ ਜਲੰਧਰ ਵਾਲਿਓ ਬਹੁਤ ਸੋਹਣਾ ਸ਼ਹਿਰ ਹੈ ਜਲੰਧਰ ਛੋਟਾ ਜਿਹਾ ਸਾਫ਼ ਸੁਥਰਾ ਰਸ਼ ਹੁੰਦਾ ਈਵਨਿੰਗ ਟਾਈਮ 'ਚ ਮੋਰਨਿੰਗ ਛੁੱਟੀ ਵਾਲੇ ਦਿਨ ਤਾਂ ਨਜ਼ਾਰਾ ਆ ਜਾਂਦਾ ਜਲੰਧਰ ਸ਼ਹਿਰ ਜਲੰਧਰ ਵੀਰ ਤੁਹਾਡਾ ਹੈਗਾ ਇਹ ਸ਼ਹਿਰ ਜਲੰਧਰ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਸ਼ੋਪਿੰਗ ਥੋੜੀ ਜਿਹੀ ਕਰਨੀ ਸੀ ਮੋਲ ਟਾਊਨ ਸ਼ਾਮ ਦਾ ਪਲਾਨ ਬਣ ਗਿਆ ਮੋਲ ਟਾਊਨ ਗਿਆ ਸੀ ਰਸ਼ ਹੀ ਏਡਾ ਜ਼ਿਆਦਾ ਸੀ ਸ਼ਾਮੀ ਹੋਰ ਜ਼ਿਆਦਾ ਰਸ਼ ਹੋਏਗਾ ਲੇਕਿਨ ਆਪਾਂ ਸ਼ਾਮੀ ਆਵਾਂਗੇ ਜੀ ਪੂਰਾ ਮੋਟਰਸਾਈਕਲ ਲੈ ਗਿਆ ਆਪਣਾ ਠੀਕ ਹੈ ਜੀ ਸਟੇ ਟਿਊਨ ਵਿਦ ਦਾ ਵਲੌਗ ਹੁਣ ਆਪਾਂ ਗੱਡੀ ਵਾਸ਼ ਕਰਾਉਣ ਜਾ ਰਹੇ ਹਾਂ ਜੀ ਦੇ ਗੱਡੀ ਵਾਸ਼ ਕਰਾਉਂਦੇ ਗੱਡੀ ਬਹੁਤ ਗੰਦੀ ਵੀ ਆਪਣੇ ਵਾਲੀ ਡਿਜ਼ਾਇਰ ਗਾਈਸ ਆਪਾਂ ਪਲਾਨ ਬਣਾਇਆ ਜੀ ਅੱਜ ਜਲੰਧਰ ਦੀ ਪਟਾਕਾ ਮਾਰਕੀਟ 'ਚੋਂ ਪਟਾਕਾ ਲੈਣ ਦਾ ਚੱਲੇ ਹਾਂ ਜੀ ਹੁਣ ਉੱਧਰ ਹੀ ਅੱਜ ਰਸ਼ ਬਹੁਤ ਜ਼ਿਆਦਾ ਅੱਜ ਆਪਾਂ ਬੁਲਟ 'ਤੇ ਜਾਵਾਂਗੇ ਪ੍ਰਤੀਪ ਸਿੰਘ ਪਟਾਕੇ ਦਵਾਉਣ ਵਾਸਤੇ ਠੀਕ ਹੈ ਜੀ ਬਣੇ ਰਹੀਓ ਤੁਹਾਨੂੰ ਦਿਖਾਉਂਦੇ ਹਾਂ ਆਪਣੇ ਇੱਥੇ ਪਟਾਕਾ ਮਾਰਕੀਟ ਕਿੱਦਾਂ ਲੱਗਦੀ ਹੈ ਜਲੰਧਰ ਸ਼ਹਿਰ 'ਚ ਕਿਹੜੀ ਵਾਲੀ ਹੈ ਮੌਸਮ ਚੇਂਜ ਹੋ ਗਿਆ ਜੀ ਤੁਹਾਡੇ ਸਾਹਮਣੇ ਜੈਕਟ ਪਾਈ ਹੋਈ ਆ ਆਪਾਂ ਠੀਕ ਹੈ ਜੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਚੈਨਲ ਪੂਰਾ ਬਲੌਗ ਦੇਖਿਆ ਕਰੋ ਕਿਉਂਕਿ ਮੇਰਾ ਵਾਚ ਟਾਈਮ ਵਧੇਗਾ ਮੇਰਾ ਵਾਚ ਟਾਈਮ ਵਧੇਗਾ ਅਤੇ ਚੈਨਲ ਮੋਨੇਟਾਈਜ਼ ਹੋਏਗਾ ਲਓ ਜੀ ਪਟਾਕੇ ਆ ਗਏ ਨੇ ਬਹੁਤ ਹੀ ਪਟਾਕੇ ਚੱਕ ਕੇ ਆ ਗਏ ਹੁਣ ਵਜਾਣੇ ਲਓ ਜੀ ਆਉਂਦਿਆਂ ਹੀ ਮਹੂਰਤ ਕਰਤਾ ਹੈ ਜੀ ਪਟਾਕਿਆਂ ਦਾ
ਪ੍ਰਤੀਕ ਸਿੰਘ ਨੇ ਵਾਹ ਕੀ ਥੱਲੇ ਨਹੀਂ ਲੱਗੇ ਉੱਪਰ ਚਲਾਈ ਦੇ ਵੀ ਹਲੇ ਬੜੀ ਪਈ ਹੈ ਹਲੇ ਬੜੀ ਪਈ ਹੈ ਆ ਦੇਖ ਹੈਪੀ ਦੀਵਾਲੀ ਓਏ ਦੇਖ ਤਾ ਜਵਾਨ ਨੂੰ ਫੇਰ ਦੋ ਕੋਲ ਕੀ ਪਈ ਜਲਦੀ ਬਣਾ ਤੂੰ ਵੀ ਭੈਣ ਵਾਲਾ ਬਣਿਆ ਫੜ ਫੜ ਡਰਦਾ ਰਹਾ ਮੈਂ ਫੜ ਸਾਰਾ ਵਲੋਗ ਕਾ ਸੱਤਾ ਨਾਸ ਕਰ ਦਿਆ ਭਾਈ ਵਿੱਚ ਮੇ ਭਾਈ ਤੂੰ ਪਤਾ ਨਹੀਂ ਕੀ ਕਰ ਦਿੱਤਾ ਜਸਟ ਹੁਣੇ ਫ੍ਰੀ ਹੋਏ ਆ ਜੀ ਲੜੀਆਂ ਲਗਾ ਕੇ ਘਰ ਨੂੰ ਲੜੀਆਂ ਲਗਾ ਕੇ ਜਸਟ ਆਪਾਂ ਫ੍ਰੀ ਹੋਏ ਆ ਤੁਹਾਨੂੰ ਇੱਕ ਦਿਖਾਉਂਦਾ ਲੜੀਆਂ ਲਗਾਉਂਦਾ अंदर भी लगाइया है लड़िया जाल टाइप वो चल दिया नहीं पत्ती तो मैं सेट करके आया सेट करके तुम दिखाने लो जी सेट हो गई ने लड़िया लड़िया गई ਪਾਰਟੀ ਆਏ ਹਾਂ ਲੰਘਦੇ ਲੰਘਦੇ ਪਰ ਅੱਜ ਕੁਛ ਖਾਵਾਂਗੇ ਨਹੀਂ ਕਿਉਂਕਿ ਢਿੱਡ ਪਹਿਲਾਂ ਹੀ ਭਰਿਆ ਪਿਆ ਘਰੋਂ ਰੋਟੀ ਖਾਧੀ ਹੋਈ ਹੈ ਲਓ ਜੀ ਗਾਇਸ ਜਲੰਧਰ ਦੀ ਚੌਪਾਟੀ ਤੁਹਾਨੂੰ ਦਰਸ਼ਨ ਕਰਾਤੇ ਆ ਅੱਜ ਫੈਸਟੀਵਲ ਸੀਜ਼ਨ ਚੱਲ ਰਿਹਾ ਦੀਵਾਲੀ ਦਾ ਟਾਈਮ ਅਤੇ ਚੌਪਾਟੀ ਵੀ ਪੂਰੀ ਭਰੀ ਹੋਈ ਸੀ ਲਓ ਜੀ ਕੱਲ੍ਹ ਇਸ ਰੋਡ 'ਤੇ ਇੰਨਾ ਜ਼ਿਆਦਾ ਰਸ਼ ਸੀਗਾ ਜਿਹੜਾ ਜਿਹੜਾ ਮੇਰਾ ਵੀਰ ਜਲੰਧਰ ਤੋਂ ਇਸ जगह से रात का फसया असी इतने एक डेढ़ घंटा लगा ही वो वीर कमेंट जरूर करे जे ये तक मेरी गल पहुँच रही है तो वीर कमेंट जरूर करियो साडा प्यार से सपोर्ट चाहिए हौसला चाहिए अपन का ही हौसला बंदे नूं अगे वध के लैके जाता है जी असी हुण घर जा रहे हैं सी यू टाटा नैक्सट ओके जी रोंग साइड ही आ गया पतंदर ये भी रोंग साइड आ गया चलो ठीक है मित्रों मिलते हैं कल सी यू बाबा टेक केयर चैनल लाइक शेयर एंड सब्सक्राइब करो शेयर करो सर वो सारे जाने शेयर करो चैनल में मेरी रिक्वेस्ट है तो सारे जाने शेयर करो।